ਮੁੱਖ ਮੰਤਰੀ ਭਗਵੰਤ ਮਾਨ ਜਾਣਾ ਚਾਹੁੰਦੇ ਸੀਗੇ ਪੈਰਿਸ, ਪਰ ਉਹਨਾਂ ਨੂੰ ਕਹਿੰਦੇ ਕੇਂਦਰ ਸਰਕਾਰ ਨੇ ਆਗਿਆ ਨਹੀਂ ਦਿੱਤੀ। ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਟਿੱਪਣੀਆਂ ਕਰ ਦਿੱਤੀਆਂ ਨੇ। ਇੱਕ ਟੀਮ ਦੇ ਨਾਲ ਇੱਕ ਸਟੇਟ ਦਾ ਮੁੱਖ ਮੰਤਰੀ ਜਾ ਕੇ ਵਾਹ 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 ਕਰ ਰਿਹਾ, ਕਿੱਦਾਂ ਹੌਸਲਾ ਮਿਲਦਾ? ਮੈਂ ਹੀ ਬਾਹਰ ਜਾਵਾਂ, ਵਿਦੇਸ਼ ਜਾਵਾਂ, ਬਸ ਹੋਰ ਕੋਈ ਜਾਵੇ ਨਾ। ਮੇਰੀ ਉਹ ਸਾਰੇ ਪਾਸੇ ਚਰਚਾ ਹੋ ਵਿਦੇਸ਼ਾਂ ਵਿੱਚ, ਮੋਦੀ ਜੀ ਆ ਗਏ, ਮੋਦੀ ਜੀ ਆ ਗਏ, ਕੋਈ ਹੋਰ ਚਰਚਾ ਨਾ ਕਰਾ ਸਕਿਆ। ਮੁੱਖ ਮੰਤਰੀ ਭਗਵੰਤ ਮਾਨ ਜਾਣਾ ਚਾਹੁੰਦੇ ਸੀਗੇ ਪੈਰਿਸ, ਪਰ ਉਹਨਾਂ ਨੂੰ ਕਹਿੰਦੇ ਕੇਂਦਰ ਸਰਕਾਰ ਨੇ ਆਗਿਆ ਨਹੀਂ ਦਿੱਤੀ। ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਟਿੱਪਣੀਆਂ ਕਰ ਦਿੱਤੀਆਂ ਨੇ। ਅਤੇ ਵੈਸੇ ਵੀ ਭਾਰਤੀ ਜਿਹੜੀ ਹਾਕੀ ਟੀਮ ਆ ਉਹਦੇ ਵਿੱਚ ਵੱਡੀ ਗਿਣਤੀ 'ਚ ਪੰਜਾਬ ਦੇ ਖਿਡਾਰੀ ਨੇ, ਕੈਪਟਨ ਵੀ ਪੰਜਾਬ ਤੋਂ ਹੈ, ਤੁਹਾਨੂੰ ਸਿੱਖ ਚਿਹਰੇ ਵੀ ਨਜ਼ਰ ਆਉਂਦੇ ਨੇ ਪੂਰੇ ਖੁੱਲ੍ਹੇ ਦਾੜਿਆਂ ਵਾਲੇ। ਤਾਂ ਉਹਨਾਂ ਨੇ ਕੱਲ੍ਹ ਆਸਟ੍ਰੇਲੀਆ ਨੂੰ ਕਿੱਦਾਂ ਸਾਹਿਬ 52 ਸਾਲਾਂ ਬਾਅਦ ਹਰਾਇਆ ਜੀ। ਬੜੀ ਕਮਾਲ ਦੀ ਗੱਲ ਆ, 1972 ਦੀ ਖੇਡਾਂ ਵਿੱਚ ਆਸਟ੍ਰੇਲੀਆ 'ਤੇ ਮਤਲਬ ਜਿੱਤ ਹਾਸਲ ਕੀਤੀ ਸੀ ਜੀ, ਅਤੇ ਇਹ ਬੜੀ ਵੱਡੀ ਗੱਲ ਹੈਗੀ ਆ ਅਤੇ ਖੁਸ਼ੀ ਦੀ ਗੱਲ ਆ। ਮੁਬਾਰਕਬਾਦ ਦੇਣਾ ਚਾਹੁੰਦਾ ਮੈਂ ਆਸਟ੍ਰੇਲੀਆ ਦੇ ਨਾਲ ਲੜਨ ਵਾਲੀ ਇੰਡੀਆ ਟੀਮ ਨੂੰ। ਇੰਡੀਆ ਟੀਮ ਬਹੁਤ ਸਖਤ ਮੁਕਾਬਲੇ ਜਿੱਤੀ ਹੈ, 3-2 ਦਾ ਮੁਕਾਬਲਾ ਜੀ, ਬੜਾ ਸਖਤ ਮੁਕਾਬਲਾ ਸੀ। ਆਸਟ੍ਰੇਲੀਆ ਦੀ ਟੀਮ ਨੂੰ ਨਾ ਜੀ ਬੜੀ ਵੱਡੀ ਆਖਿਆ ਜਾਂਦਾ, ਉਹਨਾਂ ਨੂੰ ਕ੍ਰਿਕਟ ਨੂੰ ਤਾਂ ਕੰਗਾਰੂ ਆਖਦੇ ਨੇ ਉਹ, ਅਤੇ ਆਸਟ੍ਰੇਲੀਆ ਹਾਕੀ ਟੀਮ ਵੀ ਘੱਟ ਨਹੀਂ ਹੈਗੀ। ਉਹਨਾਂ ਨੂੰ ਫੰਡ ਬੜੇ ਨੇ ਧਰਮਿੰਦਰ ਜੀ, ਆਸਟ੍ਰੇਲੀਆ ਵਿੱਚ ਖਿਡਾਰੀਆਂ ਨੂੰ ਨਾ ਜੀ ਉਹ ਆਪਣੇ ਦੇਵਤੇ ਮੰਨਦੇ ਆ, ਮਤਲਬ ਜਿੱਦਾਂ ਨਾ ਦੇਵਤਿਆਂ ਨੂੰ ਕੋਈ ਪੂਜਾ ਕਰਦਾ ਜੀ, ਇੱਦਾਂ ਉਹ ਪੂਜਾ ਕਰਦੇ ਆ ਆਸਟ੍ਰੇਲੀਆ ਦੀ ਸਰਕਾਰ ਖਿਡਾਰੀਆਂ ਦੇ ਆਪਣੀ। ਭਾਰਤ 'ਚ ਨਹੀਂ ਇਹ ਰਵਾਇਤ ਬਣ ਸਕੀ। ਜਿਵੇਂ ਰੋਨਾਲਡੋ ਦੇਖੋ ਤੁਸੀਂ, ਕਿੰਨਾ ਉਹ ਮੂਰਤੀਆਂ ਤੱਕ ਲੱਗੀਆਂ ਨੇ। ਬਿਲਕੁਲ ਜੀ ਬਿਲਕੁਲ, ਸਾਡੇ ਕੀ ਹੈ, ਸਾਡੇ ਕੀ ਹੁੰਦਾ, ਸਾਡੇ ਜਾਂ ਤਾਂ ਅਸੀਂ ਬੁੱਤ ਲਾਉਂਦੇ ਹਾਂ ਤਾਂ ਮਤਲਬ ਕਿ ਜਾਂ ਕੋਈ ਪੂਜਾ ਕਰਦੇ ਹਾਂ ਅਸੀਂ ਬੁੱਤ ਲਾਉਂਦੇ ਹਾਂ, ਅਸੀਂ ਕਿਸੇ ਦੇਵਤੇ ਦਾ ਬੁੱਤ ਲਾ ਦਾਂਗੇ ਵੱਡਾ। ਉਹ ਪਤਾ ਨਹੀਂ ਕੀ ਮਤਲਬ ਕਿ ਲੋਕਾਂ ਵਿੱਚ ਕੀ ਮਨ ਵਿੱਚ ਕੀ ਹੈ ਉਹਨਾਂ ਦੇ, ਉਹ ਕਿਸੇ ਵਿਸ਼ੇਸ਼ ਵਿਅਕਤੀ ਜਿਹਨੇ ਕਿ ਵੱਡੇ ਕੰਮ ਕੇ ਉਹਦਾ ਬੁੱਤ ਲਾਉਣਗੇ। ਤੁਸੀਂ ਦੇਖਿਆ ਹੋਣਾ ਆਪਣਾ ਅਮੈਰੀਕਾ ਦੇ ਵਿੱਚ, ਤੁਸੀਂ ਦੇਖਿਆ ਹੋਣਾ ਆਸਟ੍ਰੇਲੀਆ ਵਿੱਚ, ਵਿਅਕਤੀ ਜਿਹੜਾ ਬਹੁਤ ਵੱਡਾ ਕੰਮ ਕੀਤੇ ਹੋਵੇ ਵਿਅਕਤੀ ਨੇ ਇਸ ਯੁੱਗ ਦੇ ਵਿੱਚ, ਉਹ ਮਿਥਿਹਾਸ ਦੀ ਗੱਲ ਨਹੀਂ ਕਰਦੇ ਉਹ। ਇੰਟਰਸਟਿੰਗ ਗੱਲ ਸੋਰੀ, ਅਤੇ ਇੰਟਰਸਟਿੰਗ ਗੱਲ ਹੈ ਕਿ ਮਿਥਿਹਾਸ ਦੀ ਗੱਲ ਨਹੀਂ ਕਰਦੇ ਪਿੱਛੇ, ਉਹ ਜੋ ਕਹਿੰਦੇ ਵਾਪਰਿਆ ਹੋਇਆ, ਜੋ ਸਾਡੇ ਸਾਹਮਣੇ ਵਾਪਰਿਆ ਸੀ ਉਹਦੀ ਗੱਲ ਕਰਦੇ ਹਾਂ, ਸਾਡੇ ਮਿਥਿਹਾਸ ਦੀ ਗੱਲ ਕਰਦੇ ਨੇ। ਸਾਡੇ ਪੜ੍ਹਾਈਆਂ ਵਿੱਚ ਹੀ ਮਿਥਿਹਾਸ ਪੜ੍ਹਾਇਆ ਜਾ ਰਿਹਾ, ਸਾਡੇ ਮੈਥੋਲੋਜੀ ਇੱਕ ਸਬਜੈਕਟ ਬਣਾ ਦਿੱਤਾ ਨੇ। ਮੈਥੋਲੋਜੀ ਪੜ੍ਹੋ ਜੀ ਤੁਸੀਂ, ਮੈਥੋਲੋਜੀ ਇੰਨੀ ਖਤਰਨਾਕ ਬਣਾ ਦਿੱਤੀ ਹੈ ਸਾਡੇ ਕਿ ਜਿਹੜੀ ਕਿ ਸੱਚੀ ਮੁੱਚੀ ਸਾਡੇ ਇਤਿਹਾਸ ਤੱਥ ਨੇ ਉਹਨਾਂ ਨੂੰ ਝੂਠੀ ਕਰ ਦਿੰਦੀ ਆ। ਉਹ ਮੌਜੂਦਾ ਵਾਲਿਆਂ ਦਾ ਮੰਨਦਾ ਹੀ ਕੋਈ ਨਹੀਂ ਸਾਡਿਆਂ ਨੂੰ, ਜੇ ਕੋਈ ਮੌਜੂਦਾ ਬੰਦਾ ਕੋਈ ਗੱਲ ਕਰੀ ਜਾਂਦਾ ਨਾ ਜੀ, ਮਤਲਬ ਕਿ ਇੱਕ ਰਾਈਟਰ ਹੈਗਾ, ਵੈਸੇ ਮੈਂ ਉਹਦੀ ਗੱਲ ਕਰਾਂਗੇ ਤਾਂ ਮੇਰੇ ਖਿਲਾਫ਼ ਨਾ ਕੋਈ ਕਾਰਵਾਈ ਹੋ ਜਾਵੇ। ਇੱਕ ਰਾਈਟਰ ਲੇਖਕ ਹੈਗਾ ਜੀ, ਖੋਜ ਆਰਥੀ ਬੰਦਾ, ਉਹ ਰਿਸਰਚ ਕਰਦਾ ਸਾਡ ਉੱਥੇ ਕੀ ਕਹਿੰਦੇ ਨੇ ਜੀ ਬਾਹਰਲੇ ਲੋਕ, ਬਾਹਰਲੇ ਲੋਕ ਕਹਿੰਦੇ ਨੇ ਕਿ ਤੁਸੀਂ ਰਿਸਰਚ ਕਰੋ ਆਪਣੀ ਕਿਤਾਬ 'ਤੇ, ਦੁਬਾਰਾ ਰਿਸਰਚ ਕਰੋ, ਉਹਨੂੰ ਹੋਰ ਖੋਜੋ, ਉਹਨੂੰ ਹੋਰ ਰਿੜਕੋ, ਖਬਰ ਨਹੀਂ ਕੀ ਨਿਕਲੇਗਾ, ਪਤਾ ਨਹੀਂ ਕੀ ਨਿਕਲ ਜਾਵੇ ਉੱਥੋਂ, ਪਤਾ ਨਹੀਂ ਕਿਹੜਾ ਕੋਈ ਵੱਡੀ ਚੀਜ਼ ਨਿਕਲ ਜਾਵੇ। ਉਹ ਆਪਣੇ ਧਾਰਮਿਕ ਗ੍ਰੰਥਾਂ ਬਾਰੇ ਵੀ ਗੱਲ ਕਰਦੇ ਆ ਆਲੋਚਨਾਤਮਕ, ਉਹ ਰੱਬ ਬਾਰੇ ਵੀ ਗੱਲ ਕਰਦੇ ਆ ਆਲੋਚਨਾਤਮਕ, ਇੱਦਾਂ ਨਹੀਂ ਉਹ ਆਪਣਾ, ਕਿਉਂਕਿ ਜਿਹੜੇ ਲੋਕ ਸਿਆਣੇ ਨੇ ਉਹ ਤਾਂ ਗੁਰੂ ਨੂੰ ਵੀ ਕਹਿੰਦੇ ਵੀ ਗੁਰੂ ਪਛਾਣ ਕੇ ਗੁਰੂ ਨੂੰ ਤੁਸੀਂ ਬਣਾਓ, ਗੁਰੂ ਬਣਾਈਏ, ਕਹਿੰਦੇ ਪਾਣੀ ਪੀਏ ਛਾਣ ਕੇ ਗੁਰੂ ਬਣਾਈਏ ਪਛਾਣ ਕੇ, ਇੱਦਾਂ ਕੁਛ ਸਾਡੇ ਕਹਾਵਤ ਹੈਗੀ ਆ।
ਪਰ ਸਾਡੇ ਵਾਲੇ ਨਹੀਂ ਪਤਾ ਨਹੀਂ ਸਾਡੇ ਵਾਲੇ ਮੈਥੋਲੋਜੀ ਵਿੱਚ ਸਾਡੇ ਵਾਲੇ ਜੇ ਬੰਦਾ ਕੋਈ ਫਰਜ਼ ਕਰ ਲਓ ਇੱਕ ਵਾਰੀ ਟੀਮ ਹਾਰ ਜਾਵੇ ਉਹਨਾਂ ਨੂੰ ਮਾਰਨ ਪੈ ਜਾਂਦੇ ਆ ਕ੍ਰਿਕਟ ਟੀਮ ਹਾਰ ਕੇ ਆ ਜਾਵੇ ਉਹਨੂੰ ਕਹਿੰਦੇ ਆ ਤਾਂ ਜੀ ਫਲਾਣੇ ਨਾਲ ਮਿਲਿਆ ਉਹਦਾ ਖਾਲਿਸਤਾਨੀ ਆ ਸੁਰੱਖਿਆ ਵਧਾਉਣੀ ਪੈਂਦੀ ਉਹਨੂੰ ਉਹਦਾ ਉਹਦਾ ਖਾਲਿਸਤਾਨੀ ਉਹਦਾ ਉਹ ਇਹਨੇ ਉੱਧਰ ਅੱਖ ਮਿਲਾ ਲਈ ਉਹਦਾ ਖਾਲਿਸਤਾਨੀ ਬਣ ਗਿਆ ਜੀ ਅਤੇ ਉਹ ਇੱਦਾਂ ਦੀ ਗੱਲ ਕਰਦੇ ਸਾਡੇ ਸਾਡੇ ਨਾ ਵਿਅਕਤੀ ਵਿਸ਼ੇਸ਼ ਦੀ ਨੂੰ ਉਹਦੀ ਸ਼ਖਸੀਅਤ ਡੈਮੇਜ ਕਰਨ ਦਾ ਜ਼ਿਆਦਾ ਕੰਮ ਕਰਦੇ ਆ ਵਿਅਕਤੀ ਵਿਸ਼ੇਸ਼ ਦਾ ਸਾਡੇ ਡੈਮੇਜ ਕਰਦੇ ਆ ਵਿਅਕਤੀ ਵਿਸ਼ੇਸ਼ ਨੂੰ ਜੇ ਕੋਈ ਵਿਅਕਤੀ ਹੋਵੇ ਨਾ ਪਤਾ ਨਹੀਂ ਉਹਦਾ ਕੋਈ ਸਾੜਾ ਹੈ ਤਿੰਨ ਗੱਲਾਂ ਨੇ ਸਾੜਾ ਵੈਰ ਅਤੇ ਵਿਰੋਧ ਤਿੰਨ ਗੱਲਾਂ ਨੇ ਸਾੜਾ ਕਰਨਾ ਇੱਕ ਵੱਖਰਾ ਕਨਸੈਪਟ ਆ ਵੈਰ ਕਰਨਾ ਇੱਕ ਵੱਖਰਾ ਵਿਰੋਧ ਕਰਨਾ ਵੈਰ ਕਰਨਾ ਬੜਾ ਖਤਰਨਾਕ ਹੁੰਦਾ ਸਾੜਾ ਕਰਨਾ ਅਤੇ ਵਿਰੋਧ ਕਰਨਾ ਇੱਕ ਵੱਖਰੀ ਚੀਜ਼ ਹੈਗੀ ਆ ਪਰ ਸਾਡੇ ਇੱਥੇ ਹੁਣ ਦੇਖੋ ਤੁਸੀਂ ਉੱਥੇ ਬੜੀ ਬੁਰੀ ਤਰ੍ਹਾਂ ਉਸ ਟੀਮ ਨੂੰ ਹਰਾਇਆ ਜਿੱਥੇ ਰੱਬ ਮੰਨਦੇ ਆ ਖਿਡਾਰੀਆਂ ਨੂੰ ਭਾਰਤ ਨੇ ਇਸ ਕਰਕੇ ਸਲੂਟ ਕਰਦਾ ਉਹਨਾਂ ਨੂੰ ਜਿਹਦੇ ਵਿੱਚ ਕਿ ਜ਼ਿਆਦਾ ਪੰਜਾਬੀ ਸੀਗੇ 10 ਪੰਜਾਬੀ ਨੇ ਧਰਮਿੰਦਰ ਜੀ ਉਹਦੇ ਵਿੱਚ ਉਪ ਕਪਤਾਨ ਕਪਤਾਨ ਪੰਜਾਬੀ ਆ ਉੱਥੇ ਟੀਮ ਦਾ ਹਾਕੀ ਟੀਮ ਦਾ ਸਾਡੇ ਭਾਰਤੀ ਟੀਮ ਦਾ ਇਸ ਕਰਕੇ ਭਗਵੰਤ ਮਾਨ ਉਹਨੇ ਕਹਿੰਦੇ ਸੀ ਕੇਂਦਰ ਸਰਕਾਰ ਨੂੰ ਕਿ ਮੈਨੂੰ ਭੇਜੋ ਉੱਥੇ ਤੁਸੀਂ ਭਾਰਤ ਦੀ ਟੀਮ ਆ ਯਾਰ ਸਾਡੀ ਟੀਮ ਆ ਯਾਰ ਅਸੀਂ ਜਾ ਕੇ ਹੌਸਲਾ ਅਫਜਾਈ ਕਰਾਂਗੇ ਉਹਦਾ ਇੱਕ ਮੁੱਖ ਮੰਤਰੀ ਜਾ ਰਿਹਾ ਨਾਲ ਇੱਕ ਬੜਾ ਹੌਸਲਾ ਮਿਲਦਾ ਇੱਕ ਟੀਮ ਦੇ ਨਾਲ ਇੱਕ ਸਟੇਟ ਦਾ ਮੁੱਖ ਮੰਤਰੀ ਜਾ ਕੇ ਵਾਹ 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 ਕਰ ਰਿਹਾ ਕਿੱਡਾ ਹੌਸਲਾ ਮਿਲਦਾ ਟੀਮ ਨੂੰ ਕੀ ਮਾੜੀ ਗੱਲ ਸੀ ਇਹਦੇ ਵਿੱਚ ਪਰ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਮੁੱਖ ਮੰਤਰੀ ਅੰਤਰਰਾਸ਼ਟਰੀ ਪੱਧਰ 'ਤੇ ਉਹਦੀ ਚਰਚਾ ਹੋਵੇ ਭਗਵੰਤ ਮਾਨ ਦੀ ਪਹਿਲਾਂ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਤੋਂ ਰੋਕਤਾ ਸੀ ਕੇਂਦਰ ਸਰਕਾਰ ਨੇ ਰੋਕਿਆ ਨਾ ਇਹ ਗੋਪਾਲ ਰਾਏ ਨੂੰ ਰੋਕਿਆ ਸੀਗਾ ਜਾਣ ਤੋਂ ਬਾਹਰ ਉਹ ਕੱਲ੍ਹ ਭਗਵੰਤ ਮਾਨ ਨੇ ਵੀ ਦੋਸ਼ ਲਾਏ ਨੇ ਮੋਦੀ ਜੀ ਦੇ ਭਗਵੰਤ ਮਾਨ ਵੀ ਕਹਿੰਦਾ ਕਹਿੰਦਾ ਜੀ ਨਰਿੰਦਰ ਮੋਦੀ ਚਾਹੁੰਦੇ ਆ ਕਿ ਮੈਂ ਹੀ ਬਾਹਰ ਜਾਵਾਂ ਵਿਦੇਸ਼ ਜਾਵਾਂ ਬਸ ਹੋਰ ਕੋਈ ਜਾਵੇ ਹੀ ਨਾ ਮੇਰੀ ਉਹ ਸਾਰੇ ਪਾਸੇ ਚਰਚਾ ਹੋ ਵਿਦੇਸ਼ਾਂ ਵਿੱਚ ਮੋਦੀ ਜੀ ਆ ਗਏ ਮੋਦੀ ਜੀ ਆ ਗਏ ਕੋਈ ਹੋਰ ਚਰਚਾ ਨਾ ਕਰਾ ਸਕੇ ਆਪਣੀ ਜਦਕਿ ਉਸਨੇ ਇਹ ਪਲੀ ਲਈ ਆ ਉਸਨੇ ਇਹ ਕਿਹਾ ਕਿ ਫਰਾਂਸ ਪੈਰਿਸ ਦੇ ਵਿੱਚ ਇੰਨੀ ਜਲਦੀ ਇੱਕ ਮੁੱਖ ਮੰਤਰੀ ਦੀ ਸੁਰੱਖਿਆ ਨਹੀਂ ਹੋ ਸਕਦੀ ਉੱਥੇ ਬਹੁਤ ਦੁਨੀਆ ਪਹੁੰਚੀ ਹੋਈ ਆ ਇਹ ਮੈਨੂੰ ਬੇਸਲੈਸ ਗੱਲ ਲੱਗਦੀ ਆ ਇਹ ਪਰਸਨਲੀ ਜਾ ਰਿਹਾ ਸੀਗਾ ਮੁੱਖ ਮੰਤਰੀ ਹੁੰਦਾ ਨਾ ਜਿਹੜਾ ਧਰਮਿੰਦਰ ਜੀ ਉਹ ਸਟੇਟ ਦੀ ਧਰੋਹਰ ਹੁੰਦਾ ਉਹ ਸਟੇਟ ਦਾ ਇੱਕ ਫਿਗਰ ਹੁੰਦੀ ਆ ਇਸ ਕਰਕੇ ਮੁੱਖ ਮੰਤਰੀ ਨੂੰ ਪਰਸਨਲੀ ਕੋਈ ਉਹਦਾ ਦੌਰਾ ਹੁੰਦਾ ਤਾਂ ਕੋਈ ਹਰ ਇੱਕ ਦੌਰਾ ਸਰਕਾਰੀ ਹੁੰਦਾ ਬਲਕਿ ਕੋਈ ਭਾਵੇਂ ਪਰਸਨਲੀ ਜਾਵੇ ਭਾਵੇਂ ਪਰਸਨਲੀ ਵੀ ਜਾਵੇ ਉਸ ਵਿੱਚ ਵੀ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਉਹਦੀ ਜੀ ਇੱਦਾਂ ਨਹੀਂ ਹੁੰਦਾ ਕਦੇ ਵੀ ਜੇਕਰ ਇਹ ਬਹੁਤ ਸਾਰੇ ਲੋਕ ਸੁਖਬੀਰ ਬਾਦਲ ਵਿਰੋਧੀ ਧਿਰਾਂ ਕਾਂਗਰਸ ਵਾਲੇ ਅਤੇ BSP ਵਾਲੇ ਕਿੰਨੇ ਰੌਲਾ ਪਾ ਰਹੇ ਨੇ ਜੀ ਭਗਵੰਤ ਮਾਨ ਤਾਂ ਪਹਿਲਾਂ ਕਹਿੰਦਾ ਸੀ ਮੈਂ ਜੀ ਸੁਰੱਖਿਆ ਨਹੀਂ ਲੈਣੀ ਅਸੀਂ ਤਾਂ ਜੀ ਸੁਰੱਖਿਆ ਨੂੰ ਛੱਡ ਦਾਂਗੇ ਜੀ ਹੈ ਜੀ ਪਰ ਉਹ ਝੂਠ ਬੋਲ ਰਹੇ ਆ ਬੰਦੇ ਉਹ ਝੂਠ ਬੋਲਦੇ ਆ ਬੰਦੇ ਇੱਦਾਂ ਨਹੀਂ ਉਹ ਜ਼ਿੰਮੇਵਾਰੀ ਆ ਸਟੇਟ ਦੀ ਉਹ ਪੁਲਿਸ ਦੀ ਜਿਹੜੀ ਸਿਕਿਉਰਿਟੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਮੁੱਖ ਮੰਤਰੀ ਨੂੰ ਉਹ ਬਚਾ ਕੇ ਰੱਖਣ ਪ੍ਰੋਟੋਕੋਲ ਦੇ ਹਾਂ ਪ੍ਰੋਟੋਕੋਲ ਉਹ ਬਚਾ ਕੇ ਰੱਖਣ ਭਗਵੰਤ ਮਾਨ ਦੀ ਕੋਈ ਨਹੀਂ ਉੱਥੇ ਡਿਊਟੀ ਹੈਗੀ ਭਗਵੰਤ ਮਾਨ ਆਪਣੇ ਆਪ ਨੂੰ ਕਹਿ ਦੇ ਵੀ ਮੈਂ ਤਾਂ ਇਕੱਲਾ ਜਾ ਰਿਹਾ ਭਗਵੰਤ ਮਾਨ ਦਾ ਹੈ ਵੀ ਪਾਗਲ ਹੈ ਮਾਫ਼ ਕਰਨਾ ਪਾਗਲ ਲਫ਼ਜ਼ ਵਰਤ ਰਿਹਾ ਪਾਗਲ ਦਾ ਮਤਲਬ ਜਦੋਂ ਗੱਲ ਪਾ ਲਈ ਕਿਸੇ ਨੇ ਉਹ ਤਾਂ ਵੈਸੇ ਫੱਕਰ ਬੰਦਾ ਉਹਦਾ ਕਈ ਵਾਰੀ ਸਟੇਟ ਦੇ ਪਿੱਛੋਂ ਜਾ ਕੇ ਪਿੱਛੋਂ ਨਿਕਲ ਕੇ ਭੱਜਦਾ ਸੀਗਾ ਪਹਿਲਾਂ ਉਹ ਤਾਂ ਬੜਾ ਮਸਤ ਬੰਦਾ ਹੈਗਾ ਉਹ ਤਾਂ ਇਕੱਲਾ ਜਾਣ ਨੂੰ ਵੀ ਆਪਣਾ ਭੱਜਦਾ ਬਹੁਤ ਮੈਂ ਉਹ ਤਰੀਫ ਨਹੀਂ ਕਰ ਰਿਹਾ ਇੱਦਾਂ ਦਾ ਸੁਭਾਅ ਉਹਦਾ ਇਹ ਜਿਹੜੇ ਕਲਾਕਾਰ ਲੋਕ ਹੁੰਦੇ ਆ ਇੱਦਾਂ ਦੇ ਹੁੰਦੇ ਆ ਇਹ ਕਲਾਕਾਰ ਲੋਕ ਇੱਦਾਂ ਦੇ ਹੁੰਦੇ ਆ ਸੋ ਇਹ ਆਪਣਾ ਭਗਵੰਤ ਮਾਨ ਉੱਥੇ ਜਾਣ ਤੋਂ ਰੋਕਿਆ ਜੀ ਪੈਰਿਸ ਤੋਂ ਅਤੇ ਮੈਂ ਇਹਨੂੰ ਚੰਗਾ ਨਹੀਂ ਮੰਨਦਾ ਕੇਂਦਰ ਸਰਕਾਰ ਦਾ ਚੰਗਾ ਫੈਸਲਾ ਨਹੀਂ ਹੈਗਾ ਉਹਨੂੰ ਜਾਣਾ ਚਾਹੀਦਾ ਸੀ ਭਗਵੰਤ ਮਾਨ ਉੱਥੇ ਅੱਛੀ ਗੱਲ ਸੀਗੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ
ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।